ਉਹਨਾਂ ਨੇ ਫਿਰ ਇੱਕ ਸਥਾਨ ਦੇ ਉੱਤੇ ਲਕੀਰ ਖਿੱਚੀ ਖੰਡੇ ਨਾਲ ਤੇ ਲਕੀਰ ਖਿੱਚ ਕੇ ਕਿਹਾ ਵੀ ਭਾਈ ਇਹ ਲਕੀਰ ਨੂੰ ਉਹ ਟੱਪ ਜਿਹੜਾ ਮਰਨ ਵਾਸਤੇ ਆਇਆ ਅੱਗੇ ਸ਼ਹੀਦੀਆਂ ਹੋਣੀਆਂ ਨਾ ਤੇ ਕੋਈ ਜ਼ਿੰਦਗੀ ਦੀ ਆਸ ਰੱਖ ਕੇ ਅੱਗੇ ਤੁਰੇ ਜਿਹਦੇ ਮਨ ਵਿੱਚ ਧੀਆ ਪੁੱਤਰਾਂ ਦਾ ਮੋਹ ਆ ਘਰ ਦਾ ਮੋਹ ਆ ਸੰਸਾਰ ਵਿੱਚ ਜੀਉਣ ਦੀ ਆਸਾ ਵਾ ਉਹ ਕੋਈ ਲਕੀਰ ਨਾ ਟੱਪੇ ਵਾਓ ਜਾਂ ਜਾੜਾ ਘਰੋਂ ਦਮ ਗਜੇ ਮਾਰ ਕੇ ਆਇਆ ਵੀ ਨਹੀਂ ਆ ਕਰਕੇ ਆਵਾਂ ਦੀ ਲੜਕੀ ਸ਼ਹਿਰ ਵਾਪਸ ਆਉਂਦੀ ਉਹ ਨਾਲ ਕੀਰ ਟੱਪੇ ਉਹ ਲਕੀਰ ਉਹ ਟੱਪੋ ਜਿੰਨੇ ਸ਼ਹੀਦੀ ਦਾ ਬਾਟਾ ਛੱਡਿਆ ਤੇ ਸਾਡਾ ਇਤਿਹਾਸ ਦੱਸਦਾ ਆ ਕਿ ਉਸ ਵਕਤ ਨੰਗੇ ਪਿੰਡੇ ਨਿਹੰਗ ਸਿੰਘਾਂ ਦੀ ਟੁੱਟੇ ਮਿਆਨਾ ਵਾਲੀਆਂ ਕਿਰਪਾਨਾਂ ਫਟੇ ਇੱਕ ਸ਼ਹਿਰੇ 8-8 ਦਿਨ ਛੋਲੇ ਚੱਬ ਕੇ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰਾ ਕਰਨ ਵਾਲਾ ਖਾਲਸਾ 5000 ਦਾ 5000 ਹੀ ਲਕੀਰ ਟੱਪ ਗਿਆ ਇੱਕ ਵੀ ਪਿੱਛੇ ਨਹੀਂ ਇੱਕ ਵੀ ਪਿੱਛੇ ਨਹੀਂ ਮੁੜਿਆ ਇੱਕ ਵੀ ਨਹੀਂ ਪਿੱਛੇ ਮੁੜਿਆ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਜਦੋਂ ਇਹਨਾਂ ਪਾਵਨ ਪੰਕਤੀਆਂ ਨੂੰ ਅਸੀਂ ਪੜ੍ਹਦੇ ਹਾਂ ਤੇ ਇੱਕ ਆਟੋਮੈਟਿਕ ਹੀ ਸਾਡੇ ਦਿਮਾਗ ਦੇ ਵਿੱਚ ਇੱਕ ਸ਼ਬੀ ਆਉਂਦੀ ਹੈ ਉਹ ਸ਼ਬੀ ਕੀ ਸੀ ਉਹ ਸ਼ਬੀ ਸੀ ਬਾਬਾ ਦੀਪ ਸਿੰਘ ਜੀ ਸਾਹਿਬ ਅੱਜ ਬਾਬਾ ਦੀਪ ਸਿੰਘ ਜੀ ਮਹਾਰਾਜੀ ਦਾ ਸ਼ਹੀਦੀ ਪੁਰਬ ਹੈ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੀ ਨਹੀਂ ਬਲਕਿ ਪੂਰੇ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਗੁਰੂ ਕਾ ਸਿੱਖ ਵਸਦਾ ਹੈ ਅੱਜ ਬਾਬਾ ਦੀਪ ਸਿੰਘ ਜੀ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾ ਰਿਹਾ। ਤੋਂ ਅੱਜ ਅਸੀਂ ਤਰਨਤਾਰਨ ਸ਼ਹਿਰ ਦੀ ਧਰਤੀ ਤੇ ਪਹੁੰਚਿਆ ਤੇ ਤਰਨਤਾਰਨ ਦੇ ਵਿੱਚ ਜਿੱਥੋਂ ਇਹ ਲੜਾਈ ਦੀ ਸ਼ੁਰੂਆਤ ਹੁੰਦੀ ਹੈ ਸਾਰੀ ਜਿਸ ਜਗ੍ਹਾ ਤੇ ਆ ਕੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚ ਦਿੱਤੀ ਕਿ ਜਿਹੜਾ ਭਾਈ ਘਰੋਂ ਸ਼ਹੀਦੀ ਦੇਣ ਵਾਸਤੇ ਆਇਆ ਉਹੀ ਲਕੀਰ ਪਾਰ ਕਰੇ। ਉਹ ਸਾਰਾ ਕਨਸੈਪਟ ਕੀ ਸੀ ਉਹ ਲਕੀਰ ਕਿਚਨ ਦੀ ਲੋੜ ਕਿਉਂ ਭਈ ਇਹ ਸਾਰਾ ਕੁਝ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਗੁਰਦੁਆਰਾ ਲਕੀਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤਰਨਤਾਰਨ ਸਾਹਿਬ ਜਿਹੜਾ ਮੇਨ ਦਰਬਾਰ ਹੈ ਸ੍ਰੀ ਦਰਬਾਰ ਸਾਹਿਬ ਉਤੋਂ ਤਕਰੀਬਨ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਇਹ ਦਰਬਾਰ ਜਿਹੜਾ ਬਣਿਆ ਹੋਇਆ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਉਹ ਸੰਗਠਨ ਇਕੱਠਾ ਹੁੰਦਾ ਤੇ ਜਿੱਥੋਂ ਬਾਬਾ ਜੀ ਲਕੀਰ ਖਿੱਚ ਦਿੰਦੇ ਨੇ ਵੀ ਜਿਹੜਾ ਮਰਨ ਵਾਸਤੇ ਆਇਆ ਉਹ ਸਾਡੇ ਕੋਲ ਆ ਜਾਵੇ ਲਕੀਰੋਂ ਪਾਰ ਜਿਹੜਾ ਨਹੀਂ ਮਾਰਨ ਵਾਸਤੇ ਆ ਜਿਹੜਾ ਸ਼ਹੀਦੀ ਨਹੀਂ ਦੇਣੀ ਚਾਹੁੰਦਾ ਜਿਹਨੂੰ ਆਪਣੇ ਘਰ ਦੇ ਨਾਲ ਪਿਆਰ ਹੈ ਜਾਂ ਆਪਣੇ ਹੋਰ ਵਿਸ਼ਵਕਾਰਾਂ ਦੇ ਵਿੱਚ ਜਿਹੜਾ ਲੱਗਾ ਹੋਇਆ ਉਹ ਆਪਣੇ ਇੱਥੋਂ ਮੁੜ ਸਕਦਾ ਇੱਕ ਆਨੰਦ ਦੀ ਗੱਲ ਇਹ ਸੀ ਕਿ ਜਿੰਨੇ ਸੂਰਮੇ ਆਏ ਜਿੰਨੇ ਵੀ ਯੋਧੇ ਆਏ ਉਹਨਾਂ ਵਿੱਚੋਂ ਲੜਾਕੂ ਤੇ ਕੋਈ ਸਨ ਪਰ ਬਾਕੀ ਕੁਝ ਗ੍ਰਿਸ਼ਤੀ ਕੁਝ ਕਿਰਤੀ ਸਿੱਖ ਵੀ ਸਨ ਆਨੰਦ ਦੀ ਗੱਲ ਇਹ ਸੀ ਕਿ ਉਸ ਲਕੀਰ ਨੂੰ ਇੱਕ ਵੀ ਬੰਦਾ ਜਿਹੜਾ ਉਹ ਪਿੱਛੇ ਨਹੀਂ ਗਿਆ ਉਹ ਸਾਰੇ ਹੀ ਬੰਦੇ ਜਿਹੜੇ ਲਕੀਰ ਦੇ ਪਾਰ ਆਗੇ ਇੱਕ ਬਹੁਤ ਵੱਡਾ ਸਰੋਤ ਹੈ ਸਾਡਾ ਇਤਿਹਾਸ ਦਾ ਅੱਜ ਦਾ ਇਤਿਹਾਸ ਅਸੀਂ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਾਲੇ ਤੁਹਾਨੂੰ ਪੂਰਾ ਇਤਿਹਾਸ ਦੱਸਾਂਗੇ ਬਾਬਾ ਜੀ ਤੋਂ ਗੱਲਬਾਤ ਵੀ ਕਰਾਂਗੇ ਬਾਬਾ ਜੀ ਤੋਂ ਅੱਜ ਦੇ ਇਤਿਹਾਸ ਬਾਰੇ ਵੀ ਜਾਣਾਂਗੇ ਕਿ ਗੁਰੂ ਸਾਹਿਬ ਦਾ ਇਹ ਅੱਜ ਦਾ ਜਿਹੜਾ ਅਸੀਂ ਪਾਵਨ ਦਿਹਾੜਾ ਬਣਾ ਰਹੇ ਹਾਂ ਬਾਬਾ ਦੀਪ ਸਿੰਘ ਜੀ ਦਾ ਇਸ ਦਾ ਪੂਰਾ ਇਤਿਹਾਸ ਕੀ ਹੈ ਆਜੋ ਚੱਲਦੇ ਹਾਂ ਦਰਬਾਰ ਦੇ ਅੰਦਰ ਤੇ ਕਰਦੇ ਹਾਂ ਦਰਸ਼ਨ ਮੇਲੇ ਸ਼ੁਰੂਆਤ ਕਰੀ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਹੀ ਇਕ ਸੰਖੇਪ ਇਤਿਹਾਸ ਕੀ ਹੈ ਇਸ ਘੁਰ ਦਵਾਰ ਦਾ ਸੰਖੇਪ ਇਤਿਹਾਸ ਇਹ ਹੈ ਜੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਇੱਥੇ ਆਪਣੇ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਸਾਰੇ ਹਿੰਦੂਸਤਾਨ ਵਿੱਚੋਂ ਕਿਤੇ ਉਹ ਚੁਣੌਤੀ ਨਹੀਂ ਮਿਲੀ ਸਭ ਤੋਂ ਵੱਡੀ ਚੁਣੌਤੀ ਨੂੰ ਪੰਜਾਬ ਤੋਂ ਮਿਲੀ ਜੀ ਆਹ ਉਹ ਚੁਣੌਤੀ ਮਿਲੀ ਖਾਲਸਾ ਪੰਥ ਵੱਲੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਜੀ ਪੰਥ ਵੱਲੋਂ ਜੀ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਦਿੱਲੀ ਤੇ ਆਦਕੇ ਇਲਾਕਿਆਂ ਚੋਂ ਬੰਨ ਕੇ ਲਿਆਂਦੀਆਂ ਗਈਆਂ ਹਿੰਦੂਆਂ ਦੀਆਂ ਬਾਹੂ ਬੇਟੀਆਂ ਵੀ ਉਹਦੇ ਪੰਜੇ ਚ ਛੜਾਈਆਂ ਤੇ ਹਿੰਦੁਸਤਾਨ ਦੇ ਵਿੱਚੋਂ ਲੁੱਟਿਆ ਹੋਇਆ ਬਹੁਤ ਮਾਲ ਅਸਵਾਬ ਜਿਹੜਾ ਉਹ ਵੀ ਜਦੋਂ ਪੰਜਾਬ ਦੇ ਰਾਹ ਥਣਿਓ ਲੰਘਦਾ ਸੀ ਸਿੰਘ ਲੁੱਟ ਲੈਂਦੇ ਸੀ ਜੀ ਜੀ ਤੇ ਉਹ ਬਹੁਤ ਥੋੜਾ ਹੀ ਜਿਹੜਾ ਉਹ ਆਪਣੇ ਨਾਲ ਲਿਜਾ ਪਾਉਂਦਾ ਸੀਗਾ ਤੇ ਇਸ ਵਾਸਤੇ ਉਹਦੀ ਅੱਖ ਫਿਰ ਸਿੱਖਾਂ ਤੇ ਹੋ ਗਈ ਵੀ ਇਹਨਾਂ ਨੂੰ ਖਤਮ ਕਰਾਂ ਮੇਰੇ ਰਾਹ ਦਾ ਸਭ ਤੋਂ ਵੱਡਾ ਅਰੂੜਾ ਜਿਹੜਾ ਉਹ ਸਿੱਖਿਆ ਜੀ ਉਹਨੇ ਫਿਰ ਇੱਕ ਸਪੈਸ਼ਲ ਆਪਣੇ ਪੁੱਤਰ ਤੈਮੂਰ ਦੀ ਡਿਊਟੀ ਲਈ ਕਿ ਇਹਨਾਂ ਸਿੱਖਾਂ ਦਾ ਕੰਡਾ ਜਿਹੜਾ ਤੂੰ ਕੱਢਣਾ ਹੂੰ ਲਾਹੌਰ ਦਾ ਉਹਨੂੰ ਗਵਰਨਰ ਲਾਇਆ ਤੇ ਬਖਸ਼ੀ ਜਹਾਨ ਖਾਨ ਜਿਹੜਾ ਉਹਦਾ ਸਭ ਤੋਂ ਮੇਨ ਜਰਨੈਲ ਸੀਗਾ ਉਹਨੂੰ ਉਹਦੇ ਮਾਤੇ ਤਿਤ ਕੀਤਾ ਜੀ ਤੇ ਆਪ ਉਹ ਚਲੇ ਗਿਆ ਬਦਾਲੀ ਬਖਸ਼ੀ ਜਹਾਨ ਖਾਨ ਨੇ ਫਿਰ ਹਰਮੰਦਰ ਸਾਹਿਬ ਜਿਹੜਾ ਸੀ ਉਹਦੇ ਤੇ ਕਬਜ਼ਾ ਕਰਕੇ ਅੰਮ੍ਰਿਤਸਰ ਤੇ ਸਰੋਵਰ ਜਿਹੜਾ ਹੈ ਉਹ ਪੂਰਨਾ ਸ਼ੁਰੂ ਕਰਤਾ ਤੇ ਹਰਮੰਦਰ ਸਾਹਿਬ ਦੀ ਇਮਾਰਤ ਦੇ ਥੱਲੇ ਜਿਹੜੇ ਬਰੂਦ ਦੇ ਕੁੱਪੇ ਉਹ ਨੱਪ ਦਿੱਤੇ ਜੀ ਉਸ ਵਕਤ ਫਿਰ ਖਾਲਸੇ ਦੇ ਆਪਣਾ ਸੂਈਆ ਤੰਤਰ ਵੀ ਸੀਗਾ ਜੀ ਤੇ ਜਿਹੜੇ ਸੂਈਏ ਜਸੂਰ ਸਿੰਘ ਸੀ ਉਹਨਾਂ ਨੇ ਫਿਰ ਤੁਰੰਤ ਜਿਹੜੀ ਇਹ ਪਹੁੰਚਿਆ ਉਹ ਖਾਲਸਾ ਦਲਾਂ ਵਿੱਚੋਂ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦੇ ਨਾਲ ਕੀਤੀ ਜਿਹੜੇ ਕਿ ਉਸ ਵਕਤ ਮਿਸਲ ਸ਼ਹੀਦਾਂ ਦੇ ਜਥੇਦਾਰ ਸਨ ਬਾਬਾ ਦੀਪ ਸਿੰਘ ਜੀ ਇੱਕ 18ਵੀਂ ਸਦੀ ਦੇ ਇਹ ਸਿੱਖ ਕੱਲੇ ਹੀ ਆ ਜਿਨ੍ਹਾਂ ਨੂੰ ਜਿੰਦਿਆ ਸ਼ਹੀਦੀ ਦਾ ਦਰਜਾ ਮਿਲ ਗਿਆ ਸੀ ਕਿਉਂਕਿ ਸਰਹੰਦ ਦੀ ਲੜਾਈ ਦੇ ਵਿੱਚ ਉਹ ਇੰਨੇ ਜ਼ਖਮੀ ਹੋ ਗਏ ਸਨ ਕਿ ਮਸਾਂ ਹੀ ਬਚੇ ਸਨ ਤੇ ਦਾਲ ਪੰਥ ਨੇ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਦਰਜਾ ਇਸੇ ਲਈ ਉਹਨਾਂ ਦੀ ਜਿਹੜੀ ਮਿਸਲ ਸੀ ਉਹਨੂੰ ਵੀ ਮਿਸਲ ਸ਼ਹੀਦਾਂ ਕਿਹਾ ਜਾਂਦਾ ਤੇ ਫਿਰ ਬਾਬਾ ਇਹ ਜਿਹੜੀ ਖਬਰ ਹੈ ਬਾਬਾ ਦੀਪ ਸਿੰਘ ਕੋਲ ਤਕਰੀਬਨ 5 ਨਵੰਬਰ 1757 ਨੂੰ ਪਹੁੰਚਦੀ ਆ ਕਿ ਬਾਬਾ ਜੀ ਇਸ ਤਰ੍ਹਾਂ ਵੈਰੀਆਂ ਨੇ ਹਰਮੰਦਰ ਸਾਹਿਬ ਨੂੰ ਖਤਮ ਕਰਨ ਵਾਸਤੇ ਆਹ ਕੁਝ ਕਰਤਾ ਉੱਥੋਂ ਫਿਰ ਬਾਬਾ ਦੀਪ ਸਿੰਘ ਜੀ ਅਰਦਾਸਾ ਸੂਦ ਕੇ ਤੁਰਦੇ ਆ ਤੇ ਉਹਨਾਂ ਦੇ ਨਾਲ ਜਿਹੜੇ ਚੰਗੇ ਜੰਗ ਜੂ ਲੜਾਕੇ ਜੰਗ ਦੇ ਮਾਰ ਸਿੰਘ ਆ ਉਹ 500 ਸਿੰਘ ਸੀ 500 ਸਿੰਘ ਉਹ ਜਦੋਂ ਸਾਬੋ ਕੀ ਤਲਵੰਡੀ ਤੋਂ ਤੁਰਦੇ ਆ ਤੇ ਰਸਤੇ ਵਿੱਚ ਜਿਵੇਂ ਜਿਵੇਂ ਵੀ ਸਿੱਖਾਂ ਨੂੰ ਪਤਾ ਲੱਗਦਾ ਵੀ ਸਾਡੇ ਗੁਰਧਾਮ ਦੀ ਬੇਦਬੀ ਹੋ ਰਹੀ ਆ ਤੇ ਬਾਬਾ ਜੀ ਉਹਨੂੰ ਰੋਕਣ ਵਾਸਤੇ ਜਾ ਰਹੇ ਆ ਮਾਵਾਂ ਨੇ ਅਸ ਕੇ ਪੁੱਤ ਤੋਰੇ ਭੈਣਾਂ ਨੇ ਅਸ ਕੇ ਵੀਰ ਤੋਰੇ ਸੁਹਾਗਣੇ ਨੇ ਸੁਹਾਗ ਤੁਰੇ ਇਹ ਗੱਲ ਮੈਟਰ ਨਹੀਂ ਸੀ ਕਰਦੀ ਵੀ ਜਿਹੜੇ ਤੁਰੇ ਲੜ ਨਹੀਂ ਰਾਹ ਚ ਉਹਨਾਂ ਨੂੰ ਲੜਨਾ ਆਉਂਦਾ ਕਿ ਨਹੀਂ ਲੜਨਾ ਆਉਂਦਾ ਪਰ ਉਹ ਇਹ ਕਹਿੰਦੇ ਵੀ ਅਸੀਂ ਘਟੋਗੜ ਆਪਣੇ ਗੁਰੂ ਦੇ ਕੁਰਬਾਨ ਤੇ ਹੋ ਸਕਦੇ ਹਾਂ ਕੁਰਬਾਨ ਤਾਂ ਹੋ ਸਕਦੇ ਤਾਂ ਇਸ ਤਰ੍ਹਾਂ ਜਦੋਂ ਬਾਬਾ ਦੀਪ ਸਿੰਘ ਜੀ ਤਰਨ ਤਾਰਨ ਸਾਹਿਬ ਪਹੁੰਚੇ 10 ਨਵੰਬਰ ਦੀ ਸ਼ਾਮ ਨੂੰ ਬਾਬਾ ਦੀਪ ਸਿੰਘ ਜੀ ਤਰਨ ਤਾਰਨ ਸਾਹਿਬ ਪਹੁੰਚਦੇ ਆ ਦਰਬਾਰ ਸਾਹਿਬ ਸਰੋਵਰ ਦੇ ਆਲੇ-ਦੁਆਲੇ ਸਿੰਘ ਆਪਣੇ ਡੇਰੇ ਲਾ ਲੈਂਦੇ ਆ ਤੇ ਉੱਥੋਂ ਫਿਰ ਕੁਝ ਸੂਈਏ ਭੇਜੇ ਜਾਂਦੇ ਅੱਗੇ ਵੀ ਕੀ ਅਗਲੇ ਦਾ ਅਗਲੇ ਪਾਸੇ ਦਾ ਮਾਹੌਲ ਆ ਜੀ ਤੇ ਦੁਰਾਨੀਆਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਸਿੰਘਾਂ ਦਾ ਇੱਕ ਬੜਾ ਤਕੜਾ ਜਥਾ ਮਾਲਵੇ ਵਿੱਚ ਉਸ ਕੰਮ ਨੂੰ ਰੋਕਣ ਵਾਸਤੇ ਆ ਰਿਹਾ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਜੀ ਉਹਨਾਂ ਨੇ ਫਿਰ ਇਸ ਜਥੇ ਨੂੰ ਰੋਕਣ ਵਾਸਤੇ ਚੱਬੇ ਦੇ ਮਦਦਾਰ ਵਿੱਚ ਆ ਕੇ ਮੋਰਚੇ ਗੱਢ ਲਏ ਬਖਸ਼ੀ ਜਹਾਨ ਖਾਨ ਜਮਾਲ ਖਾਨ ਇਹਨਾਂ ਦੀ ਅਗਵਾਈ ਵਿੱਚ 40000 ਦੁਰਾਨੀ ਫੌਜ ਦੀ ਗਿਣਤੀ ਸੀਗੀ ਜੀ ਤੇ ਉਹਦੇ ਵਿੱਚ ਤੋਪਾਂ ਵੱਡੀਆਂ ਰਹਿਕਲੇ ਜਮੂਰੇ ਛੋਟੀਆਂ ਤੋਪਾਂ ਹਰ ਉਸ ਵੱਖ ਦਾਦ ਨੂੰ ਕਿਥੇ ਹਥਿਆਰ ਉਹਨਾਂ ਦੇ ਕੋਲ ਸੀ ਜੀ ਤੇ ਜਦੋਂ 11 ਨਵੰਬਰ ਦੀ ਸਵੇਰ ਹੋਈ ਆਸਾ ਕੀ ਵਾਰ ਦਾ ਦੀਵਾਨ ਸਮਾਪਤ ਹੋਇਆ ਜੀ ਜੀ ਤੇ ਇਹ ਜਿਹੜਾ ਗੁਰਦੁਆਰਾ ਲਕੀਰ ਸਾਹਿਬ ਆ ਜੀ ਇਸ ਸਥਾਨ ਤੇ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੂੰ ਜਸੂਤ ਸਿੰਘਾਂ ਨੇ ਆ ਕੇ ਦੱਸਿਆ ਕਿ ਬਾਬਾ ਜੀ ਅੱਗੇ 40000 ਦਰਾਨੀ ਆ ਜੀ ਤੇ ਹਰ ਆਦਮੀ ਕੋਲ ਕਿਥੇ ਹਾਰ ਵੱਡਾ ਛੋਟਾ ਉਹਨਾਂ ਦੇ ਕੋਲ ਆ ਤੇ ਆਪਣੇ ਕੋਲ ਤੇ ਜਿਹੜੇ ਚੰਗੇ ਜੰਗ ਜੂ ਲੜਾਕੀਓ ਤੇ 500 ਸਿੰਘ ਹੀ ਆ ਹੂੰ ਬਾਕੀ ਤੇ ਇੱਕ ਚਾਲ ਲੈ ਕੇ ਆ ਗਏ ਜੀ ਤੇ ਅੱਗੇ ਬਹੁਤ ਵੱਡੀ ਟੱਕਰ ਆਪਾਂ ਨੂੰ ਮਿਲਣੀ ਆ ਫਿਰ ਬਾਬਾ ਦੀਪ ਸਿੰਘ ਜੀ ਕਿਉਂਕਿ ਬੜੇ ਨੀਤੀਵਾਨ ਸਨ ਉਹ ਬੜੇ ਉੱਚ ਕੋਟੀ ਦੇ ਬૌਧਿਕ ਤਲ ਦੇ ਉੱਤੇ ਸੂਝ ਰੱਖਣ ਵਾਲੇ ਸੀ ਬਿਲਕੁਲ ਉਹਨਾਂ ਨੇ ਫਿਰ ਇੱਕ ਸਥਾਨ ਦੇ ਉੱਤੇ ਲਕੀਰ ਖਿੱਚੀ ਖੰਡੇ ਨਾਲ ਔਰ ਲਕੀਰ ਖਿੱਚਣ ਦਾ ਕਾਰਨ ਇਹ ਸੀਗਾ ਵੀ ਜਿਵੇਂ ਆਪਾਂ ਜਾਣਦੇ ਹਾਂ ਵੀ جنگ ਹੋ ਰਹੀ ਹੈ ਲੜਾਈ ਹੋ ਰਹੀ ਹੋਏ ਜੀ 100 ਬੰਦਾ ਆਪਣਾ ਹਮੈਤੀ ਲੜ ਰਿਹਾ ਤੇ ਉਹਦੇ ਵਿੱਚੋਂ 10 ਬੰਦੇ ਵੀ ਖਿਸਕ ਜਾਣ ਨਾ ਉਹ 90 ਦਾ ਵੀ ਹੌਸਲਾ ਤੋੜ ਦਿੰਦੀ ਹੈ ਬਿਲਕੁਲ ਬਿਲਕੁਲ ਤਾਂ ਬਾਬਾ ਦੀਪ ਸਿੰਘ ਜੀ ਚਾਹੁੰਦੇ ਸੀ ਵੀ ਉੱਥੇ ਜੰਗ ਦੇ ਵਿੱਚੋਂ ਕਈ ਵਾਰ ਹੁੰਦਾ ਵੀ ਕਈ ਘਰਾਵਾਂ ਚੋਂ ਚਾਹ ਨਹੀਂ ਆ ਜਾਂਦੇ ਆ ਜੀ ਮੈਂ ਆਹ ਕਰਦਾ ਕਈਆਂ ਨੇ ਮੰਜਰ ਵੇਖਿਆ ਨਹੀਂ ਹੁੰਦਾ ਜੀ ਜੀ ਤੇ ਇਸ ਵਾਸਤੇ ਬੰਦੇ ਉਹ ਅੱਗੇ ਲੜਨ ਵਾਸਤੇ ਜਾਣ ਜਿਨ੍ਹਾਂ ਨੇ ਜਿਨ੍ਹਾਂ ਨੂੰ ਜ਼ਿੰਦਗੀ ਨਹੀਂ ਪਿਆਰੀ ਹੂੰ ਤਾਂ ਬਾਬਾ ਜੀ ਨੇ ਲਕੀਰ ਖਿੱਚੀ ਹੂੰ ਤੇ ਲਕੀਰ ਖਿੱਚ ਕੇ ਕਿਹਾ ਵੀ ਭਾਈ ਇਹ ਲਕੀਰ ਨੂੰ ਉਹ ਟੱਪੋ ਜੀ ਜਿਹੜਾ ਮਰਨ ਵਾਸਤੇ ਆਇਆ ਅੱਗੇ ਸ਼ਹੀਦੀਆਂ ਹੋਣੀਆਂ ਵਾ ਨਾ ਤੇ ਕੋਈ ਜ਼ਿੰਦਗੀ ਦੀ ਆਸ ਰੱਖ ਕੇ ਅੱਗੇ ਤੁਰੇ ਜਿਹਦੇ ਮਨ ਵਿੱਚ ਧੀਆ ਪੁੱਤਰਾਂ ਦਾ ਮੋਹ ਆ ਘਰ ਦਾ ਮੋਹ ਆ ਸੰਸਾਰ ਵਿੱਚ ਜੀਉਣ ਦੀ ਆਸਾ ਵਾ ਉਹ ਕੋਈ ਲਕੀਰ ਨਾ ਟੱਪਿਓ ਵਾ ਜਾਂ ਜਾੜਾ ਘਰੋਂ ਦਮ ਗਜੇ ਮਾਰ ਕੇ ਆਇਆ ਵੀ ਮੈਂ ਅਹੀਂ ਆ ਕਰਕੇ ਆਵਾਂਗੀ ਲੜ ਕੇ ਸ਼ਹਿਦ ਵਾਪਸ ਆਵਾਂਗੀ ਉਹ ਨਾਲ ਕੀਰ ਟੱਪਿਓ ਲਕੀਰ ਉਹ ਟੱਪੋ ਜਿੰਨੇ ਸ਼ਹੀਦੀ ਦਾ ਬਾਟਾ ਛਕਣਾ ਜੀ ਤੇ ਸਾਡਾ ਇਤਿਹਾਸ ਦੱਸਦਾ ਆ ਕਿ ਉਸ ਵਕਤ ਨੰਗੇ ਪਿੰਡੇ ਨਿਹੰਗ ਸਿੰਘਾਂ ਦੀ ਟੁੱਟੇ ਮੇ ਆਨਾਂ ਵਾਲੀਆਂ ਕਿਰਪਾਨਾਂ ਫਟੇ ਇੱਕ ਸ਼ਹਿਰੇ 8 8 ਦਿਨ ਛੋਲੇ ਚੱਪ ਕੇ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰਾ ਕਰਨ ਵਾਲਾ ਖਾਲਸਾ 5000 ਦਾ 5000 ਹੀ ਲਕੀਰ ਟੱਪ ਗਿਆ ਇੱਕ ਵੀ ਪਿਛੇ ਨਹੀਂ ਇੱਕ ਵੀ ਪਿਛੇ ਨਹੀਂ ਇੱਕ ਵੀ ਨਹੀਂ ਪਿਛੇ ਮੁੜਿਆ ਸਾਰੀ ਲਕੀਰ ਟੱਪ ਗਈ ਤਾਂ ਇਹ ਲਕੀਰ ਖਿੱਚਣ ਦਾ ਇੱਕ ਹੋਰ ਮਨੋਰਥ ਵੀ ਸੀਗਾ ਬਾਬਾ ਜੀ ਨੇ ਉਸ ਵਕਤ ਇਹ ਵੀ ਕਿਹਾ ਕਿ ਭਾਈ ਇੱਕ ਗੱਲ ਹੋਰ ਵੀ ਆ ਵੀ ਕੌਮ ਦੀ ਸੇਵਾ ਕੱਲੀ ਇਹ ਨਹੀਂ ਵੀ ਇੱਥੇ ਸ਼ਹੀਦੀ ਦੇ ਕੀ ਹੋ ਸਕਦੀ ਹੈ ਤੁਹਾਡੇ ਚੋਂ ਜਿਹੜਾ ਮੁੜਨਾ ਚਾਹੁੰਦਾ ਵਾ ਉਹ ਪ੍ਰਚਾਰ ਦੁਆਰਾ ਵੀ ਲੋਕਾਂ ਮੰਦਰ ਅਵੇਰਨੈਸ ਪੈਦਾ ਕਰਕੇ ਜਾਲਮਾਂ ਦੇ ਖਿਲਾਫ ਵੀ ਸੇਵਾ ਕਰ ਸਕਦਾ ਵਾ ਉਹ ਹੋਰ ਵੀ ਕੌਮ ਨੂੰ ਅਗਾਹ ਕਰਨ ਵਾਸਤੇ ਵਿਦਿਆਕ ਖੇਤਰ ਵਿੱਚ ਵੀ ਕੰਮ ਕਰ ਸਕਦਾ ਵਾ ਇਸ ਲਈ ਕੱਲਾ ਇਹੀ ਨਹੀਂ ਲਕੀਰ ਇਸ ਲਈ ਖੇਚੀ ਸੀ ਜੀ ਪਰ ਜਿੰਨੇ ਟੱਪਣੀਆਂ ਫਿਰ ਉਹ ਤੇ ਸ਼ੀਦੀ ਬਾਟਾ ਛਕੇਗਾ ਜੀ ਇਹ ਨਹੀਂ ਕਿ ਬਾਬਾ ਜੀ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਦਿੱਤਾ ਵੀ ਤੁਸੀਂ ਜੇ ਇੱਥੋਂ ਚਲੇ ਜਾਓਗੇ ਤੁਸੀਂ ਗਦਾਰ ਹੋਵੋਗੇ ਤੁਸੀਂ ਕੌਮ ਦੇ ਨਹੀਂ ਹੋਵੋਗੇ ਇਹ ਵੀ ਨਹੀਂ ਕਿਹਾ ਇਹ ਵੀ ਨਹੀਂ ਕਿਹਾ ਇਹ ਕਿਹਾ ਵੀ ਜੇ ਤੁਸੀਂ ਲਕੀਰ ਨਵੀਂ ਨਹੀਂ ਵੀ ਟੱਪੋਗੇ ਤੇ ਤੁਹਾਡੇ ਨਾਲ ਗਿਲਾ ਕੋਈ ਨਹੀਂ ਆ ਤੁਹਾਡੇ ਕੋਲ ਕੌਮ ਦੀ ਸੇਵਾ ਕਰਨ ਦੀ ਰਾਹ ਹੋਰ ਬੜਿਆ ਪਰ ਉਹ ਕੌਮ ਦਾ ਜज्ਬਾ ਹੀ ਇੰਨਾ ਸੀਗਾ ਕਿ ਉਹਨਾਂ ਨੇ ਵੇਖਿਆ ਵੀ ਸਭ ਤੋਂ ਪਹਿਲਾਂ ਤੇ ਹਾਲੇ ਸਿਰ ਦੀ ਲੋੜ ਆ ਤੇ ਉਹ ਕੌਮ ਨੂੰ ਅਸੀਂ ਦੇਣਾ ਤਾਂ ਇਸ ਸਥਾਨ ਤੇ ਫਿਰ 11 ਨਵੰਬਰ ਜੀ ਤੇ ਅਜੋਕੇ ਸਮੇਂ ਦੇ ਹਿਸਾਬ ਨਾਲ ਗੱਲ ਕਰਾਂ ਤੜਕੇ 7 7:30 ਵਜੇ ਦੇ ਸਮੇਂ ਬਾਬਾ ਜੀ ਨੇ ਇੱਥੇ ਲਕੀਰ ਖਿੱਚੀ ਜੀ ਤੇ ਇੱਥੋਂ ਫਿਰ ਅਰਦਾਸਾ ਸੋਧ ਕੇ ਬਾਬਾ ਦੀਪ ਸਿੰਘ ਜੀ ਆਪਣਾ ਦਾਲ ਲੈ ਕੇ ਚੱਬੇ ਨੂੰ ਵਧੇ ਜੀ ਤੇ ਫਿਰ 11 11:30 ਦੇ ਤਕਰੀਬਨ ਚੱਬੇ ਦੇ ਵਿੱਚ ਸਿੱਖਾਂ ਤੇ ਦੁਰਾਨੀਆਂ ਦਾ ਭੇਡ ਸ਼ੁਰੂ ਹੋਇਆ ਤੇ ਸ਼ਾਮ 4 ਵਜੇ ਦੇ ਕਰੀਬ ਜਿਹੜਾ ਜੋਕਾ ਗੁਰਦੁਆਰਾ ਟਾਲਾ ਸਹਿਬ ਆ ਉੱਥੇ ਬਾਬਾ ਦੀਪ ਸਿੰਘ ਤੇ ਜਮਾਲ ਸਿੰਘ ਲੜਦਿਆਂ ਦੋਵੇਂ ਜਿਹੜੇ ਆ ਉਹ ਭਿਆਨਕ ਰੂਪ ਵਿੱਚ जख्मी ਹੋ ਕੇ ਡੇਗੇ ਤੇ ਉੱਥੋਂ ਫਿਰ ਬਾਬਾ ਦੀਪ ਸਿੰਘ ਜੀ ਇਹ ਤੁਰੇ ਆਪਣਾ ਸਿਰ ਤਲੀ ਰੱਖ ਕੇ ਤੇ ਜਾਮੇ ਸ਼ਹਾਦਤ ਜਿਹੜਾ ਵਾ ਉਹ ਜਾ ਕੇ ਰਮੰਧਰ ਸਾਹਿਬ ਦੀਆਂ ਪ੍ਰਕਰਮਾਂ ਚ ਆਪਾਂ ਅੱਜ ਵੀ ਵੇਨੇ ਆ ਜਿੱਥੇ ਬੀਬੀਆਂ ਦੇ ਪੌਣੇ ਦੇ ਮਗਰਲੇ ਪਾਸੇ ਬਾਬਾ ਦੀਪ ਸਿੰਘ ਦਾ ਬੁੰਗਾ ਜੀ ਜੀ ਉੱਥੇ ਜਾ ਕੇ ਫਿਰ ਅਸੀਸ ਪੇਟ ਕਰਕੇ ਸ਼ੀਦੀ ਜਾਮ ਪੀਤਾ ਬਾਬਾ ਜੀ ਸ਼ਹੀਦੀਤ ਪ੍ਰਾਪਤ ਹੋ ਗਏ ਹਾਂ ਅੱਛਾ ਇੱਕ ਜਿਹੜੀ ਗੱਲ ਮੇਨ ਜਿਹੜੀ ਗੱਲ ਆਪਾਂ ਕੱਢਣ ਲੱਗੇ ਆ ਉਹ ਇਹ ਆ ਜਿੱਦ ਤਰ੍ਹਾਂ ਤੁਸੀਂ ਕਹੇ ਵੀ ਬਾਬਾ ਜੀ ਨੇ ਲਕੀਰ ਖਿੱਚੀ ਵੀ ਜਿਹੜੇ ਮੁੜਨਾ ਚਾਹੁੰਦੇ ਮੁੜ ਜਾਓ ਪਰ ਉਹਨਾਂ ਨੂੰ ਗਦਾਰ ਨਹੀਂ ਕਿਹਾ ਜਾਊਗਾ ਹੁਣ ਨਵੀਂ ਜਨਰੇਸ਼ਨ ਜਿਹੜੀ ਉਹ ਸਿਰਫ ਸਿਰ ਦੇਣ ਦੀ ਗੱਲ ਕਰ ਰਹੀ ਹੈ ਕੁਛ ਕਰ ਧੜੇ ਜਿਹੜੇ ਸਿਰਫ ਸਿਰ ਦੇਣ ਦੀ ਗੱਲ ਕਰਦੇ ਉਹ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਕਿਤੇ ਨਾ ਕਿਤੇ ਦੂਰ ਛੱਡ ਤੋਂ ਜਾ ਰਿਹਾ ਕਲਮ ਨੂੰ ਲੋਕ ਕਲਮ ਨੂੰ ਕਹਿੰਦੇ ਨਹੀਂ 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 ਕਲਮ ਨੇ ਕੀ ਹੋਣਾ ਕਲਮ ਨਾਲ ਆਪਾਂ ਸਿਰ ਥੋੜੀ ਲੈ ਲੈਣਾ ਸਿਰ ਦੇਣ ਦੀ ਗੱਲ ਹੋ ਰਹੀ ਆ ਸਿਰ ਵਰਤਨ ਦੀ ਗੱਲ ਕਿਉਂ ਨਹੀਂ ਹੋਣੀ ਇੱਕ ਚੀਜ਼ ਹੋ ਰਿਹਾ ਇਹਨੂੰ ਥੋੜਾ ਜਿਹਾ ਪਰ ਧਿਆਨ ਨਾਲ ਸਮਝਣ ਦੀ ਲੋੜ ਆ ਆਪਾਂ ਗੁਰਬਾਣੀ ਦਾ ਨੇ ਇੱਕ ਕਥਨ ਆ ਉਹਦੇ ਵਿੱਚ ਮਾਰੇ ਕਹਿੰਦੇ ਜਾਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆ ਬਿਲਕੁਲ ਇੱਥੇ ਜ਼ਿਆਦਾਤਰ ਆਪਾਂ ਕਈ ਵਾਰ ਸਾਡੇ ਢਾਡੀ ਕਵੀਸ਼ਰ ਕੱਲਾ ਸਿਰ ਤਲੀ ਤੇ ਫਿਜ਼ੀਕਲ ਸਿਰ ਦੀ ਗੱਲ ਕਰਦੇ ਫਿਜ਼ੀਕਲ ਸਿਰ ਵੀ ਆ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਸਭ ਤੋਂ ਪਹਿਲਾਂ ਸਿਰ ਤਣ ਦਾ ਮਤਲਬ ਇਹ ਆ ਕਿ ਜਿਉਂਦੇ ਜੀ ਗੁਰੂ ਨੂੰ ਸਮਰਪਿਤ ਹੋ ਜਾਣਾ ਭਈ ਗੁਰਦਾਸ ਜੀ ਕਹਿੰਦੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ ਜੇ ਗੁਰੂ ਦਾ ਮਰੀਦ ਹੋਣਾ ਤੇ ਮੁਰਦੇ ਵਾਂਗੂ ਹਾਂ ਪੀ ਸਾਡੂ ਸਾਡਾ ਜੀਣਾ ਸਾਡਾ ਖਾਣਾ ਪਹਿਨਣਾ ਸਾਡਾ ਬੋਲਣਾ ਵਿਚਰਨਾ ਸੋਣਾ ਜਾਗਣਾ ਰਿਸ਼ਤੇਦਾਰੀਆਂ ਗੰਢਣੀਆਂ ਸੱਜਣ ਮਿੱਤਰ ਬਣਾਉਣੇ ਇਹ ਸਾਰਾ ਕੁਝ ਗੁਰੂ ਦੇ ਹੁਕਮ ਮੁਤਾਬਕ ਹੋਣਾ ਚਾਹੀਦਾ ਇਹ ਆ ਸਿਰ ਤਲੀ ਤੇ ਰੱਖਣਾ ਗੁਰੂ ਨਾਨਕ ਦੇਵ ਜੀ ਨੇ ਵੀ ਸਿਰ ਤਲੀ ਤੇ ਰੱਖਿਆ ਸੀ ਜਦੋਂ ਉਹਨਾਂ ਨੇ ਆਪਣੇ ऐਸ਼ੋ ਆਰਾਮ ਭਰੀ ਜ਼ਿੰਦਗੀ ਛੱਡ ਕੇ ਤੇ ਕੰਡਿਆਲੇ ਰਾਹਾਂ ਦੇ ਉੱਤੇ ਸੱਚ ਨੂੰ ਪ੍ਰਚਾਰਨ ਵਾਸਤੇ ਤੁਰ ਪਈ ਉਹ ਵੀ ਸਿਰ ਤਲੀ ਤੇ ਰੱਖਣਾ ਸਿਰ ਤਲੀ ਤੇ ਰੱਖਣਾ ਹੋਰ ਕੀ ਆ ਵੀ ਮੇਰੇ ਕੋਲ ਦੁਨੀਆ ਦੀ ਸਾਰੀ ਸਹੂਲਤ ਆ ਪੈਸਾ ਵੀ ਆ ਰਤਬੇ ਵੀ ਆ ਪਰ ਜਦੋਂ ਮੈਨੂੰ ਪਤਾ ਲੱਗੇ ਵੀ ਗੁਰੂ ਦੇ ਪ੍ਰੇਮ ਵਿੱਚ ਇਹ ਰੁਤਬੇ ਰੁਕਾਵਟ ਬਣ ਰਹੇ ਆ ਤੇ ਮੈਂ ਫਿਰ ਗੁਰੂ ਵਿੱਚੋਂ ਤੋਂ ਦੁਨਿਆਵੀ ਪਦਾਰਥਾਂ ਵਿੱਚੋਂ ਕਿਹਦੀ ਚੋਣ ਕਰਦਾ ਜੇ ਮੈਂ ਗੁਰੂ ਦੀ ਖਾਤਰ ਦੁਨਿਆਵੀ ਪਦਾਰਥ ਆਉਦੇ ਧਨ ਦੌਲਤ ਨੂੰ ਠੋਕਰ ਮਾਰ ਕੇ ਗੁਰੂ ਨਾਲ ਖਲੋ ਜਾਨਾ ਵਾ ਇਹ ਵੀ ਸਿਰ ਟਲੀ ਤੇ ਰੱਖਣੀ ਆ ਜੀ ਫਿਰ ਹੋਰ ਸਿਰ ਤਲੀ ਤੇ ਰੱਖਣਾ ਕੀ ਆ ਵੀ ਮੈਂ ਆਪਣੀ ਕਲਮ ਦਾ ਇਸਤੇਮਾਲ ਸੱਚ ਦੀ ਖਾਤਰ ਕਰਦਾ ਵਾਂ ਭਾਵੇਂ ਕਿ ਉਹਦੇ ਖਾਤਰ ਮੈਨੂੰ ਫਾਂਸੀ ਚੜ੍ਹਨਾ ਪਵੇ ਉਹਦੇ ਖਾਤਰ ਮੈਨੂੰ ਗੋਲੀ ਖਾਣੀ ਪਵੇ ਪਰ ਮੇਰੀ ਕਲਮ ਸੱਚ ਹੀ ਲਿਖੂਗੀ ਇਹ ਵੀ ਸਿਰ ਤਲੀ ਤੇ ਰੱਖਣਾ ਜੇ ਮੈਂ ਪ੍ਰਚਾਰਕਾਂ ਪ੍ਰਚਾਰ ਕਰ ਰਿਹਾ ਤੇ ਮੈਂ ਸੱਚ ਹੀ ਬੋਲਣਾ ਵਾਂ ਸੱਚ ਤੋਂ ਦਵਾ ਕੋਈ ਨਹੀਂ ਬੋਲੇ ਇਹ ਵੀ ਸਿਰ ਤਲੀ ਤੇ ਰੱਖਣਾ ਹੀ ਜੀ ਕੋਈ ਵਕੀਲ ਆ ਇੰਜੀਨੀਅਰ ਆ ਜੱਜ ਆ ਆਈਪੀਐਸ ਆ ਜੇ ਉਹ ਆਪਣੀ ਅਹੁਦੇ ਨਾਲ ਇਨਸਾਫ ਕਰ ਰਿਹਾ ਤੇ ਸਿਰ ਤਲੀ ਤੇ ਰੱਖ ਕੇ ਚੱਲ ਰਿਹਾ ਬਿਲਕੁਲ ਮਾਰਕ ਕਹਿੰਦੇ ਇਹ ਕਿ ਕਿ ਸਭ ਤੋਂ ਵੱਡਾ ਜੇ ਇਥੇ ਤਪੱਸਿਆ ਸੱਚ ਬੋਲਣਾ ਤੁਸੀਂ ਕਲਮ ਨਾਲ ਵੀ ਸੇਵਾ ਕਰਨੀ ਆ ਪ੍ਰਚਾਰ ਨਾਲ ਵੀ ਕਰਨੀ ਆ ਦਾਨਪੁਰ ਨਾਲ ਵੀ ਕਰਨੀ ਆ ਪਰ ਜਦੋਂ ਸਾਰਿਆਂ ਹੀ ਹਿੱਲਿਆਂ ਤੋਂ ਗੱਲ ਰਹਿ ਜੇ ਹਾਂ ਕੁਝ ਵੀ ਕੰਮ ਨਾ ਆਵੇ ਤੇ ਫਿਰ ਅਸੀਂ ਜੀ ਫਿਜ਼ੀਕਲ ਸਿਰ ਵੀ ਕੁਰਬਾਨ ਕਰਨਾ ਪਊ ਤੇ ਕਰਦੇ ਮਤਲਬ ਸ਼ਸਤਰ ਜਿਹੜਾ ਖੀਰ ਲ ਹਥਿਆਰ ਉਹ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਨਾ ਜਫਰਨਾਮੇ ਜ ਆਪਾਂ ਪੜਦੇ ਆ ਮਾਰੇ ਕਹਿੰਦੇ ਚੂਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਰ ਬਾਦ ਬੁਰਦਨ ਬਾਸ਼ਮਸ਼ੀਰ ਦਸਤ ਉਹਦੇ ਅਖੀਰ ਲਾਵਾ ਜੀ ਕਿਉਂਕਿ ਜਿਹੜਾ ਸ਼ਾਸਤਰ ਆ ਨਾ ਜਦੋਂ ਸ਼ਾਸਤਰ ਉੱਠਦਾ ਵਾ ਫਿਰ ਤਬਾਹੀ ਹੁੰਦੀ ਆ ਜੀ ਦੋਆ ਪਾਸਿਆਂ ਦੀ ਤੇ ਤਬਾਹੀ ਅਖੀਰਲਾ ਹਥਿਆਰ ਆ ਸਹੀ ਹੈ ਤੇ ਪਹਿਲਾਂ ਅਸੀਂ ਸੰਸਾਰ ਨੂੰ ਵੀ ਜਿੰਦਾ ਰੱਖਣਾ ਆਪ ਵੀ ਜਿੰਦਾ ਰਹਿਣਾ ਪਰ ਸਿਧਾਂਤ ਇਹ ਹੋਣਾ ਚਾਹੀਦਾ ਵੀ ਪਤ ਲੁਭਾ ਕੇ ਨਹੀਂ ਜੀਉਣਾ ਮਾਰ ਕਹਿੰਦੇ ਸੋ ਜੀਵਿਆ ਜੀ ਨਾਨਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਜੀਉਂਦਾ ਉਹ ਹੈ ਜਿਹਦੇ ਮਨ ਵਿੱਚ ਸੱਚ ਆ ਦਇਆ ਸੰਤੂਖ ਪਰਉਪਕਾਰ ਹਮ ਕੁੱਲ ਮਨੁੱਖਤਾ ਦਾ ਦਰਦ ਆ ਨਾਨਕ ਅਬਰ ਨਾ ਜੀਵਿਆ ਕੋਈ ਤੇ ਜੇ ਤੁਹਾਡੇ ਅੰਦਰ ਇਹ ਗੁਣ ਨਹੀਂ ਹੋਗੇ ਤੇ ਉਹ ਕੋਈ ਜਿੰਦਾ ਨਹੀਂ ਉਤਰਦੀ ਫਿਰਦੀ লাশ ਆ ਕੀ ਲੱਗਦਾ ਤੁਹਾਨੂੰ ਵੀ ਆਉਣ ਵਾਲਾ ਸਮਾਂ ਜਿਹੜਾ ਹੁਣ ਚੱਲ ਰਿਹਾ ਆ ਇਸ ਸਮਾਂ ਇਹ ਨੌਜਵਾਨਾਂ ਨੂੰ ਸਮਝਾਉਣ ਦੀ ਲੋੜ ਹੈ ਨਾ ਜਿਹੜੀਆਂ ਗੱਲਾਂ ਪਾਜ ਕਰ ਰਹੇ ਆ ਇਹ ਜ਼ਰੂਰੀ ਹੈ ਗੱਲਾਂ ਕਿ ਜੋ ਅਸੀਂ ਕਲਵਾਰ ਦੇ ਧਨੀ ਹੋਣਾ ਤੇ ਅਸੀਂ ਕਲਮ ਦੇ ਵੀ ਧਨੀ ਹੋਣਾ ਕਲਮ ਦੇ ਧਨੀ ਪਹਿਲਾਂ ਬਾਬਾ ਦੀਪ ਸਿੰਘ ਦੀ ਆਪਾਂ ਗੱਲ ਕਰ ਰਹੇ ਹਾਂ ਬਾਬਾ ਦੀਪ ਸਿੰਘ ਜੀ ਪਹਿਲਾਂ ਕਲਮ ਦੇ ਧਨੀ ਸੀਗੇ ਜੀ ਹਨਾ ਪਹਿਲਾਂ ਕਲਮ ਚਲਾਈ ਪ੍ਰਚਾਰ ਕੀਤਾ ਪਰ ਜਦੋਂ ਵੇਖਿਆ ਵੀ ਇਹ ਰਮਾਨ ਨਾਲ ਪ੍ਰਚਾਰ ਵੀ ਨਹੀਂ ਕਰਨ ਦੇ ਆਪਾਂ ਪਿੱਛੇ ਇਤਿਹਾਸ ਤੇ ਚਲੇ ਜੰਨੇ ਹਾਂ ਜੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਤੇ ਗੁਰੂ ਅਰਜਨ ਦੇਵ ਜੀ ਤੱਕ ਸ਼ਾਂਤਮਈ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਬਿਲਕੁਲ ਪਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਉਬਲਦੀ ਦੇਗ ਚ ਬਿਠਾ ਕੇ ਤੱਤਾ ਰੇਤਾ ਪਾ ਕੇ ਫਿਰ ਪੱਥਰ ਬਣ ਕੇ ਰਾਵੀ ਚ ਡੋਪਦਾ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ ਵੀ ਇਹ ਜਿਹੜਾ ਪ੍ਰਚਾਰ ਆ ਨਾ ਇਹ ਪ੍ਰਚਾਰ ਨੂੰ ਔਰ ਤਲਵਾਰ ਦੀ ਸ਼ਾਂ ਦੀ ਲੋੜ ਜੀ ਗੁਰੂ ਸਾਹਿਬ ਨੇ ਜਿਹੜੇ ਸ਼ਸਤਰ ਚੁੱਕੇ ਉਹ ਕਿਸੇ ਨਾਲ ਲੜਨ ਲਈ ਕਿਸੇ ਨੂੰ ਮਾਰਨ ਲਈ ਨਹੀਂ ਚੁੱਕੇ ਉਹਨਾਂ ਨੇ ਆਪਣੇ ਸੱਚ ਨੂੰ ਉਹਦੀ ਰਾਖੀ ਕਰਨ ਵਾਸਤੇ ਚੁੱਕੇ ਸੱਚ ਨੂੰ ਸਹੀ ਤਰੀਕੇ ਨਾਲ ਬਾਦ ਸੁਰੱਖਿਅਤ ਪ੍ਰਚਾਰਨ ਵਾਸਤੇ ਚੁੱਕੇ। ਸ਼ਾਸਤਰ ਜਿਹੜਾ ਆਪਣੀ ਸਵੈਮ ਦੀ ਰੱਖਿਆ ਵਾਸਤੇ ਆ ਤੇ ਜਿਹੜਾ ਸਿਧਾਂਤ ਤੁਸੀਂ ਪ੍ਰਚਾਰ ਰਹੇ ਹੋ ਉਹਨੂੰ ਸੁਰੱਖਿਅਤ ਤਰੀਕੇ ਲੋਕਾਂ ਤੱਕ ਪਹੁੰਚਾ ਸਕੋ ਉਹਦੇ ਵਾਸਤੇ। ਉਹਦੇ ਵਾਸਤੇ। ਉਹਦੇ ਵਾਸਤੇ। ਇੱਕ ਇੱਕ ਸਵਾਲ ਹੋਰ ਬੰਦਾ ਕਿ ਵੇਖੋ ਜਦੋਂ ਉਹ ਪ੍ਰਚਾਰ ਕਰਦੇ ਸੀ ਗੁਰੂਡਾਲਖ ਸਾਹਿਬ ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਗਿਣ ਲਓ। ਭਾਈ ਗੁਰਦਾਸ ਜੀ ਪ੍ਰਚਾਰ ਕਰਦੇ ਸੀ ਸੱਚ ਵੀ ਲਿਖਦੇ ਸੀ ਪਰ ਉਹਨਾਂ ਨੂੰ ਕਦੇ ਵੀ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਪਈ ਅੱਜ ਕੀ ਗੱਲ ਅੱਜ ਕੀ ਕਾਰਨ ਸਾਡੇ ਪ੍ਰਚਾਰਕਾਂ ਨੂੰ ਸਿਕਿਉਰਿਟੀਆਂ ਲੈਣ ਦੀ ਲੋੜ ਪੈ ਗਈ ਕੀ ਯਾਰ ਅਸੀਂ ਇੰਨੇ ਆਪਣਾ ਅਸ਼ੈਨਸੀਲਤਾ ਸਾਡੇ ਚ ਆ ਗਈ ਆ ਵੀ ਅਸੀਂ ਆਪੇ ਪ੍ਰਚਾਰਕਾਂ ਨੂੰ ਹੀ ਰੋਕਦੇ ਪਿੱਛੇ ਜੇ ਭਾਈ ਧੁੰਦਾ ਜੀ ਪ੍ਰਚਾਰ ਕਰਨ ਵਾਸਤੇ ਆਉਣਾ ਸੀਗਾ ਅੰਮ੍ਰਿਤਸਰ ਤੇ ਸਾਡੇ ਹੀ ਕੁਝ ਜਥੇਬੰਦੀਆਂ ਨੇ ਉਹਨਾਂ ਦਾ ਪ੍ਰਚਾਰ ਰੋਕ ਦਿੱਤਾ ਗਿਆ ਕੀ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਗਲਤ ਨਹੀਂ ਹੋ ਰਿਹਾ ਕਈ ਵਾਰ ਕੀ ਹੁੰਦਾ ਵਾ ਵੀ ਮੈਂ ਇਹ ਚੀਜ਼ ਨੂੰ ਤੇ ਇਸ ਤਰ੍ਹਾਂ ਵੇਖਦਾ ਚਲੋ ਮੇਰਾ ਇਹ ਵਿਸ਼ਾ ਨਹੀਂ ਰਿਹਾ ਮੈਂ ਕਦੀ ਇਹ ਵਿਸ਼ੇ 'ਚ ਆਇਆ ਨਹੀਂਗਾ ਹੂੰ ਹੂੰ ਚੱਕਰੇ ਆ ਵੀ ਜਦੋਂ ਇੱਕ ਲੜਾਈ ਸਾਡੀ ਨਾ ਕਈ ਵਾਰ ਆ ਕੇ ਨਿਜ ਤੇ ਅਦਾਲਤੇ ਖਲੋ ਜਾਂਦੀ ਆ ਜੀ ਮੁੱਦੇ ਕਿਹੜੇ ਉਭਾਰੇ ਆ ਵੇਖੋ ਅਸੀਂ ਘਰ ਮੈਂ ਐਗਜ਼ੈਂਪਲ ਦੇਣ ਲੱਗਾ ਵੀ ਚਾਰ ਭਰਾ ਵਾਂ ਘਰ 'ਚ ਹੂੰ ਚਾਰ ਭਰਾਵਾਂ ਦੀ ਚਾਰ ਕੋਠੀਆਂ ਕਿਉਂ ਪੈਂਦੀਆਂ ਜ਼ਮੀਨਾਂ ਕਿਉਂ ਵੱਡੀਆਂ ਜਾਂਦੀਆਂ ਕਿਉਂਕਿ ਆਪਸ ਵਿੱਚ ਉਹਨਾਂ ਦੇ ਵਿਚਾਰ ਨਹੀਂ ਰਲਦੇ ਨਹੀਂ ਰਲਦੇ ਨਹੀਂ ਸਹੀ ਹੈ ਨਹੀਂ ਰਲਦੇ ਆਮ ਹੀ ਹੁੰਦਾ ਭਰਾਵਾਂ ਦੇ ਨਹੀਂ ਉਹ ਆਡੋਣ ਦਾ ਕਾਰਨ ਹੀ ਹੁੰਦਾ ਸਹੀ ਹੈ ਤੇ ਜਿੰਨਾ ਭਰਾਵਾਂ ਦੇ ਰਲਦੇ ਉਹ ਅੱਜ ਵੀ ਕਿਉਂ ਖਿਚੜੀ ਆ ਜੀ ਜਿੰਨਾਂ ਦੇ ਨਹੀਂ ਰਲਦੇ ਉਹ ਕੋਠੀਆਂ ਆਡੋ ਜਾਂਦੀਆਂ ਉਹਨਾਂ ਦੀਆਂ ਉਹਨਾਂ ਦੀਆਂ ਜ਼ਮੀਨਾਂ ਆਡੋ ਜਾਂਦੀਆਂ ਪਰ ਉਹ ਮਿਲਣਾ ਵਰਤਣਾ ਤੇ ਨਹੀਂ ਛੱਡਦੇ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਖੁਸ਼ੀ ਗਮੀ ਤੇ ਉਂਝੇ ਦਿੰਦੀ ਆ ਇਹ ਨਹੀਂ ਕਹਿੰਦੇ ਵੀ ਮੇਰਾ ਇਹਦਾ ਵਿਚਾਰ ਵਟਾਂਦਰਾ ਰਲਦਰ ਮੈਂ ਜੰਮਣ ਮਰਨੀ ਛੱਡ ਦੇਣਾ ਸਾਡੀ ਕੰਟਰੋਵਰਸੀ ਦਾ ਕਾਰਨ ਇਹ ਬਣਿਆ ਵ ਇਹ ਦਾ ਕਾਰਨ ਨਹੀਂ ਬਣਿਆ ਵੀ ਅਸੀਂ ਕੀ ਕਰਤਾ ਲੀਕ ਖੇਚਤੀ ਆ। ਹੂੰ। ਵੀ ਜੇ ਮੇਰੇ ਉਹਦੇ ਨਾਲ ਵਿਚਾਰ ਨਹੀਂ ਰਲਦੇ ਨਾ ਹਾਂ ਤੇ ਮੈਂ ਇਹ ਬੰਦੇ ਦੇ ਨਾਲ ਜੰਮਣਾ ਮਰਨਾ ਛੱਡਤਾ। ਜੀ ਤੇ ਉਹਨੂੰ ਮੈਂ ਰੱਜ ਕੇ ਭੰਡਣਾ। ਹੂੰ। ਹੁਣ ਬੜੀਆਂ ਸੰਪਰਦਾਵਾਂ ਵੀ ਵੇਖੋ। ਜੀ। ਕਈਆਂ ਦੀਆਂ ਆਪਸ ਵਿੱਚ ਮਰਜ਼ਾਦਾ ਨਹੀਂ ਰਲਦੀਆਂ। ਨਹੀਂ ਰਲਦੀਆਂ। ਪਰ ਆ ਉਹ ਇੱਕੇ ਸਟੇਜ ਤੇ ਬੰਦੇ ਸਹੀ ਆ। ਉਹਨਾਂ ਨੂੰ ਕੋਈ ਗੱਲ ਨਹੀਂ। ਜੀ। ਸਾਡੇ ਪ੍ਰਚਾਰਕਾਂ ਨੇ ਜਿਨ੍ਹਾਂ ਦਾ ਅੱਜ ਵਿਰੋਧ ਹੋ ਰਿਹਾ। ਹੂੰ। ਮੈਨੂੰ ਲੱਗਦਾ ਵਾ ਵੀ ਇਹ ਵਿਰੋਧ ਕਿਤੇ ਨਾ ਕਿਤੇ ਉਹਨੇ ਆਪਣਾ ਆਪ ਹੀ ਖੜਾ ਕਰ ਲਿਆ। ਧਿਆਨ ਦਿਓ ਜੀ। ਜੀ। ਕਿਸੇ ਸਿਧਾਂਤ ਨੁਕਤੇ ਤੇ ਬੋਲਣਾ ਗਲਤ ਨਹੀਂ ਆ ਜੀ ਮਨਸ਼ਾ ਮਾੜੀ ਨਹੀਂ ਆ ਪਰ ਉਹਨੂੰ ਪ੍ਰਚਾਰਨ ਦਾ ਟੰਗ ਮਾੜਾ ਵਾ ਜੀ ਟੰਗ ਮਾੜਾ ਕਿਵੇਂ ਸਭ ਤੋਂ ਪਹਿਲਾਂ ਕੁਝ ਮੁੱਦੇ ਇਦਾਂ ਦੇ ਸੀ ਆਪਾਂ ਜੇ ਪਿੱਛੇ ਜਾ ਕੇ ਵੇਖੀਏ ਤੇ ਕੀ ਜੇ ਜਾਂ ਕੁਝ ਸੰਪਰਦਾਵਾਂ ਕਿਤੇ ਵੀ ਕੁਮੜਾ ਆਪਾਂ ਜਾ ਕੇ ਖੁਦ ਪਰਸਨਲੀ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਆ ਜੀ ਜੀ ਵੀ ਨਹੀਂ ਜੀ ਆ ਇਸ ਗੁਰਮਤ ਇਦਾਂ ਵਾ ਆ ਗੁਰਮਤ ਇਦਾਂ ਹੋਣੀ ਚਾਹੀਦੀ ਹੂੰ ਜੇ ਤਾਂ ਕੀਤੀ ਆ ਤੇ ਉਹ ਨਹੀਂ ਮੰਨੀ ਇੱਕ 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 ਮਿੰਟ ਜੇ ਆਪਾਂ ਜੇ ਆਪਾਂ ਮਿਲਣ ਦੀ ਕੋਸ਼ਿਸ਼ ਕਰ ਜੇ ਮੰਨ ਲਓ ਆਪਾਂ ਟਕਸਾਲ ਵਾਲਿਆਂ ਨੂੰ ਕਹਿ ਦਈਏ ਜਾ ਕੇ ਹੁਣ ਹੁਣ ਨਹੀਂ ਹਾਂ ਹੁਣ ਤੇ ਪਾਣੀ ਲੈਣ ਦੀ ਗੱਲ ਕਰ ਰਹੇ ਮੈਂ ਪਹਿਲਾਂ ਦੀ ਗੱਲ ਕਰਦਾ ਪ੍ਰਚਾਰਨ ਤੋਂ ਪਹਿਲਾਂ ਮੈਂ ਉਹੀ ਕਹਿ ਰਿਹਾ ਵੀ ਉਹ ਤਾਂ ਗੱਲ ਪੈਣ ਨੂੰ ਆਉਂਦੇ ਵੀ ਨਹੀਂ ਕੋਈ ਹੁਣ ਤੇ ਹੁਣ ਤੇ ਗੱਲ ਖਤਮ ਹੋ ਗਈ ਨਾ ਜੀ ਜੀ ਕਿਸੇ ਦੀ ਵੀ ਬਾਕੀ ਦੂਜੀ ਗੱਲ ਇਹ ਆ ਲੜਾਈ ਦਾ ਕਾਰਨ ਪਤਾ ਕੀ ਆ ਸੱਚੀ ਗੱਲ ਦੱਸਾਂ ਭਾਵੇਂ ਕੋਈ ਵੀ ਆ ਭਾਵੇਂ ਕੋਈ ਸੰਪਰਦਾਇ ਸੰਸਥਾ ਭਾਵੇਂ ਕੋਈ ਮਸ਼ੀਨਰੀ ਸੰਸਥਾ ਲੜਾਈ ਦਾ ਕਾਰਨ ਇਹ ਆ ਕਿ ਮੈਂ ਜਾਂ ਕੋਈ ਵੀ ਅੱਜ ਦੇ ਪ੍ਰਚਾਰਕ ਜਿਹੜਾ ਨਾ ਆਪਣੀ ਸੋਚ ਨੂੰ ਗੁਰਬਾਣੀ ਦੀ ਢਾਲੇ ਠਾਂ ਪ੍ਰਚਾਰਨ ਦਾ ਯਤਨ ਕਰ ਰਿਹਾ ਜੀ ਕੋਈ ਵੀ ਆ ਬਿਲਕੁਲ ਸਾਡਾ ਗ੍ਰੰਥਿਕ ਜੀ ਸਾਡਾ ਹਰਿਮੰਦਰ ਕੇਂਦਰੀ ਸਥਾਨ ਇੱਕ ਜੀ ਜੀ ਸਾਡਾ ਪੰਥਿਕ ਜੀ ਸਾਰਾ ਕੁਝ ਇੱਕ ਹੈ ਨਾ ਤੇ ਫਿਰ ਸਾਡੀ ਲੜਾਈ ਕਾਦੀ ਹੈ ਲੜਾਈ ਕਾਦੀ ਲੜਾਈ ਇਸ ਲਈ ਆ ਕਿ ਕਿਤੇ ਨਾ ਕਿਤੇ ਅਸੀਂ ਆਪੋ ਆਪਣੀ ਜਿਹੜੀ ਸੋਚ ਆ ਨਾ ਹੂੰ ਉਹ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਤੇ ਇੱਕ ਦੂਜੇ ਦੇ ਉੱਤੇ ਥੋਪਣੀ ਚਾਉਂਦੇ ਆ ਹੂੰ ਹੂੰ ਤੇ ਉਹ ਕੋਈ ਵੀ ਨਹੀਂ ਹਰ ਕੋਈ ਆਪ ਆਪਣੇ ਥਾਂ ਖੜਾ ਵਾ ਤਾਂ ਇਹ ਬੜੀ ਜ਼ਰੂਰੀ ਆ ਮੇਰੇ ਸਾਹਮਣੇ ਅੱਜ ਵੀ ਕੁਝ ਨਹੀਂ ਵਿਗੜਿਆ ਸਾਨੂੰ ਰਲ ਕੇ ਵੀ ਠੀਕ ਆ ਪ੍ਰਚਾਰ ਕਰੋ ਹੁਣ ਵੇਖੋ ਨਾ ਵੀ ਕਈਆਂ ਮੁੱਦਿਆਂ ਤੇ ਕਿੱਡੀ ਵੱਡੀ ਕੰਟਰੋਵਰਸੀ ਆ ਕਈ ਸੰਪਰਦਾਵਾਂ ਮਾਸ ਦੀ ਸਖਤ ਮਨਾਹੀ ਕਰਦੀਆਂ ਕਈਆਂ ਚ ਵਰਤਦਾ ਪਰ ਉਹ ਇੱਕੇ ਥਾਂ ਜੁੜ ਕੇ ਬੈਂਦੇ ਵੀ ਆ ਜੀ ਬੈਂਦੇ ਇਹ ਇੱਕ ਚੀਜ਼ ਵੇਖਦੇ ਤੁਸੀਂ ਵੀ ਨਹੀਂ ਤੇ ਜਿਹੜੇ ਦੂਜੇ ਸਾਡੇ ਭਰਾ ਹੈਗੇ ਤੇ ਸਾਡੇ ਆ ਹੂੰ ਹੂੰ ਜਿਨੇ ਪੰਜਾਂ ਜਿਨੇ ਅਖੰਡੇ ਬਾਟੀ ਦਾ ਅਮਰ ਤੇ ਛਗਿਆ ਪੰਜ ਕਕਾਰ ਧਾਰਨ ਕੀਤੇ ਆ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਉਹ ਸਾਡਾ ਹੀ ਆ ਆਪਾਂ ਸਾਰੇ ਇੱਕ ਹੀ ਆ ਪਰ ਕਿਤੇ ਨਾ ਕਿਤੇ ਜਦੋਂ ਅਸੀਂ ਕਹਿੰਨੇ ਆਂ ਵੀ ਆ ਕੰਮ ਕਰਨ ਵਾਲਾ ਸਿੱਖ ਨਹੀਂ ਤੇ ਉਹ ਕੰਮ ਕਰਨ ਵਾਲਾ ਜਿਹੜੇ ਅੰਦਰ ਬਹਿ ਕੇ ਮਸਲੇ ਹੱਲ ਹੋਣੇ ਸੀ ਉਹ ਜਦੋਂ ਪਬਲਿਕਲੀ ਲੈ ਆਂਦੇ ਆ ਨਾ ਹੂੰ ਹੂੰ ਤੇ ਕੰਟਰੋਵਰਸੀ ਦਾ ਕਾਰਨ ਇਹ ਬਣਿਆ ਵਾ ਬਾਕੀ ਮੈਂ ਇਹਨਾਂ ਚੀਜ਼ਾਂ 'ਚ ਬਹੁਤਾ ਨਹੀਂ ਇਹ ਖੋਬਦਾ ਕਿਉਂਕਿ ਮੇਰੇ ਸੁੱਝਾਏ ਆ ਤੁਹਾਡੇ ਸੁੱਝਾਏ ਆ ਮਸਲੇ ਹੱਲ ਨਹੀਂ ਹੋਣੇ ਬੜੇ ਦੂਰ ਚੱਲ ਗਏ ਫਿਰ ਵੀ ਜੇ ਇੱਕ ਪ੍ਰਚਾਰਕ ਹੋਣ ਦੇ ਨਾਤੇ ਤੁਸੀਂ ਇੱਕ ਸਲਾਹ ਦੇਣੀ ਹੋਵੇ ਸਾਡੇ ਪ੍ਰਚਾਰਕ ਵੀਰਾਂ ਨੂੰ ਜਾਂ ਸੰਪਰਦਾਵਾਂ ਨੂੰ ਤੇ ਉਹ ਇੱਕ ਸਲਾਹ ਕੀ ਦੋਗੇ ਆ ਆਖਰੀ ਮੈਸੇਜ ਮੇਰੀ ਇੱਕੋ ਬੇਨਤੀ ਆ ਵੀ ਵੇਖੋ ਕਿਸੇ ਵੀ ਤਰੀਕੇ ਨਾਲ ਪ੍ਰਚਾਰ ਨੂੰ ਕਿਸੇ ਦਿਨ ਰੋਕਣਾ ਕੋਈ ਮਸਲਾ ਹੱਲ ਨਹੀਂ ਆ ਪਰ ਬੋਲਣ ਵਾਲਾ ਵੀ ਜਿਹੜਾ ਵਾ ਉਏ ਧਿਆਨ ਰੱਖੇ ਵੀ ਮੈਂ ਆਪਣੀ ਗੱਲ ਦੱਸਾਂ ਸੱਚਾਈ ਦੱਸਾਂ ਪਰ ਸ਼ਬਦਾਂ ਦੇ ਉੱਤੇ ਜਿਹੜਾ ਇਦਾਂ ਦੇ ਵਾਰ ਨਾ ਕਰਾਂ ਵੀ ਅਗਲੇ ਤੇ ਹਿਰਦੇ ਨੂੰ ਠੇਸ ਪਹੁੰਚਾ ਮੈਂ ਅਕਸਰ ਆ ਫੇਸਬੁੱਕ ਤੇ ਪੋਸਟ ਪਾਉਣਾ ਨਾ ਕਿ ਕਈ ਵਾਰ ਆਪਾਂ ਵੇਖਦੇ ਆਂ ਵੀ ਸਭ ਤੋਂ ਵੱਡੀ ਗੁੰਡਾਗਰਦੀ ਹਥਿਆਰ ਨੂੰ ਵੱਡੀ ਗੁੰਡਾਗਰਦੀ ਜ਼ੁਬਾਨ ਦੀ ਆ ਜੀ ਜਿਹੜੀ ਜ਼ੁਬਾਨ ਸਾਡੀ ਆ ਨਾ ਬਿਲਕੁਲ ਉਹ ਤੇ ਸਿਆਣੇ ਕਹਿੰਦੇ ਆ ਇਹ ਫੱਟ ਮਿਟ ਜਾਂਦੇ ਤਲਵਾਰਾਂ ਦੇ ਬੋਲੀ ਦੇ ਫੱਟ ਨਹੀਂ ਮਿਟਦੇ ਫੱਟ ਮਿਟ ਜਾਂਦੇ ਤਲਵਾਰਾਂ ਦੇ ਸਹੀ ਹੈ ਤਾਂ ਜਿਹੜੀ ਬੋਲੀ ਆ ਨਾ ਉਹ ਜ਼ਿਆਦਾ ਅਹ ਠੀਸ ਪਚਾਉਂਦੀ ਹਮ ਕਿਤਨਾ ਕਿਤੇ ਸਾਨੂੰ ਆਪਸ ਵਿੱਚ ਜਿਹੜੀ ਆਪਣਾ ਪ੍ਰਚਾਰ ਕਰੋ ਆਪਣੀ ਗੱਲ ਕਰੋ ਹਣਾ ਜਲੋ ਮੰਨ ਲਓ ਵੀ ਮੈਂ ਕਿਸੇ ਚੀਜ਼ ਨੂੰ ਨਹੀਂ ਮੰਨਦਾ ਹਮ ਮੈਂ ਨਹੀਂ ਮੰਨਦਾ ਕਿਸੇ ਚੀਜ਼ ਨੂੰ ਜੀ ਮੈਨੂੰ ਇਹ ਕਹਿਣ ਦੀ ਕਿ ਲੋੜ ਵੀ ਉਹ ਜਿਹੜਾ ਮੰਨਣ ਵਾਲਾ ਵਾ ਉਹ ਬਹੁਤ ਮਾੜਾ ਗਲਤ ਹੈ ਮੈਂ ਇਹ ਕਹਿ ਸਕਦਾ ਭਾਈ ਆਹ ਚੀਜ਼ ਗਲਤ ਜੀ ਜੀ ਇਹ ਚੀਜ਼ ਇਦਾਂ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਨਹੀਂ ਮੰਨਦਾ ਉਹਨੂੰ ਉਹਦਾ ਜ਼ਿਕਰ ਕਰਨ ਦੀ ਕੀ ਲੋੜ ਨਹੀਂ ਲੋੜ ਹੀ ਨਹੀਂ ਬਿਲਕੁਲ ਸਹੀ ਹੈ ਠੀਕ ਹੈ ਨਾ ਹੁਣ ਵੇਖੋ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਪ੍ਰਚਾਰ ਕਰਨ ਜਾਂਦੇ ਰਹੇ ਆ ਹਮ ਉਹਨਾਂ ਨੇ ਇਹ ਕਿਹਾ ਵਾ ਕੇ ਭਾਈ ਜੈਨੀ ਨੂੰ ਕਿਹਾ ਵੀ ਜੇ ਜੇ ਨਾਉਣ ਦੇ ਨਾ ਨਾਉਣ ਦੇ ਨਾਲ ਰੱਬ ਨਹੀਂ ਮਿਲਦਾ ਬਿਲਕੁਲ ਜੇ ਤੂੰ ਜੀਵਤ ਆ ਤੇ ਆ ਤੂੰ ਬਚਣ ਦਾ ਯਤਨ ਕਰੇ ਤੇ ਕਿੱਥੋਂ ਕਿੱਥੋਂ ਬਚੇਗਾ ਸਹੀ ਆ ਇਹ ਗੱਲ ਕਹੀ ਆ ਪਰ ਇਹ ਨਹੀਂ ਕਿਹਾ ਵੀ ਇਹ ਤੇ ਬਹੁਤ ਮਾੜੇ ਆ ਇਹ ਤੇ ਇਦਾਂ ਇਦਾਂ ਇਹ ਫਿਰ ਇੱਥੋਂ ਵਿਵਾਦ ਉੱਠ ਪੈਂਦਾ ਜੀ ਇਸ ਕਰਕੇ ਸਾਨੂੰ ਇਹ ਚੀਜ਼ ਤੋਂ ਬਚਣਾ ਆਪਣੀ ਗੱਲ ਰੱਖੋ ਜੀ ਆਪਣੀ ਪ੍ਰਚਾਰੋ ਪਰ ਕਿਸੇ ਨੂੰ ਮਾੜਾ ਕਹਿਣ ਤੋਂ ਬਚੋ ਜੀ ਤੇ ਅੱਜ ਕੱਲ੍ਹ ਸਰੋਤਾ ਬੜਾ ਸੂਝਵਾਨ ਆ ਬਿਲਕੁਲ ਉਹ ਆਪੇ ਫੈਸਲਾ ਕਰ ਲਿੰਦਾ ਹੂੰ ਸਾਨੂੰ ਸਰੋਤੇ ਦੇ ਸੁੱਟ ਦੇਣੀ ਚਾਹੀਦੀ ਜੀ ਜੀ ਤੇ ਜਦੋਂ ਕਿਉਂਕਿ ਸੋਸ਼ਲ ਮੀਡੀਆ ਦਾ ਜੋ ਗਿਆ ਪੜ੍ਹਾਈ 'ਚ ਵੀ ਬਹੁਤ ਅੱਗੇ ਵਧ ਰਿਹਾ ਹੈ ਇਹ ਲੋਕ ਤੇ ਹਰ ਇੱਕ ਗੱਲ ਜਾਣਦੇ ਆ ਤੇ ਜਦੋਂ ਅਸੀਂ ਉਹਨਾਂ ਦੇ ਸੁੱਟ ਦਾਂਗੇ ਗੱਲ ਤੇ ਉਹਨਾਂ ਨੇ ਆਪੇ ਜਿਹੜਾ ਚੰਗਾ ਲੱਗਣਾ ਉਹਨੂੰ ਆਪੇ ਸੱਜੀ ਜਾਣਾ ਉਹਦੀ ਆਪੇ ਗੱਲ ਸੁਣੀ ਜਾਣਾ ਜੀ ਜੀ ਸੋ ਇਸਨ ਭਾਈ ਸਾਹਿਬ ਪਾਈ ਹੀਰਾ ਸਿੰਘ ਜੀ ਜੋ ਕਿ ਇੱਥੇ ਗੁਰਦੁਆਰਾ ਲਕੀਰ ਸਾਹਿਬ ਕਥਾਵਾਚਕ ਨੇ ਤਾਂ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਕੀ ਸੀਗਾ ਕਿ ਬਾਬਾ ਦੀਪ ਸਿੰਘ ਜੀ ਸਾਹਿਬ ਉਹਨਾਂ ਦਾ ਅੱਜ ਸ਼ਹੀਦੀ ਪੁਰਬ ਅਸੀਂ ਮਨਾ ਰਹੇ ਆਂ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਇੱਕ ਛੋਟਾ ਜਾਂ ਅਣਛਾਪਾ ਚੁੱਕਣਾ ਉਹ ਅੰਛਾ ਕਿਹੜਾ ਚੁੱਕਣਾ ਕਿ ਜਿੱਥੇ ਬਾਬਾ ਜੀ ਤਲਵਾਰ ਦੇ ਧਨੀ ਸਨ ਤੇਗ ਦੇ ਧਨੀ ਸਨ ਉੱਥੇ ਬਾਬਾ ਜੀ ਕਲਮ ਦੇ ਵੀ ਧਨੀ ਸਨ ਤਾਂ ਹੀ ਤਾਂ ਉਹਨਾਂ ਨੇ ਉਹ ਚਾਰ ਬੀੜਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਆਪ ਹੱਥੀਂ ਕੀਤੇ ਇਤੋਂ ਪਤਾ ਲੱਗਦਾ ਹੈ ਕਿ ਬਾਬਾ ਜੀ ਵਿਦਵਾਨ ਮੀਸਾਲ ਤੇ ਉਹਨਾਂ ਦੀ ਲਿਖਤਾਂ ਜਿਹੜੀਆਂ ਅੱਜ ਵੀ ਅਸੀਂ ਪੜ੍ਹਦੇ ਆਂ ਸੁਣਦੇ ਆਂ ਤੇ ਉਹਨਾਂ ਦੇ ਵਿਚਾਰਾਂ ਦੇ ਨਾਲ ਅਸੀਂ ਅੱਜ ਵੀ ਜੁੜੇ ਹੋਏ ਆਂ ਤੇ ਸਾਡਾ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸਾਡਾ ਅੱਜ ਦਾ ਮਕਸਦ ਜਿਹੜਾ ਸੀ ਕਿ ਜਿੱਥੇ ਅਸੀਂ ਆਪਣੇ ਯੋਧਿਆਂ ਦੇ ਤਿਹਾਰ ਮਨਾਉਨੇ ਆ ਨਾ ਤੇ ਉੱਥੇ ਅਸੀਂ ਉਹਨਾਂ ਦੇ ਜੀਵਨ ਨੂੰ ਵੀ ਅਪਣਾਉਣਾ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜਿੱਥੇ ਤਲਵਾਰ ਦੀ ਗੱਲ ਕਰਨੀ ਹੈ ਜਿੱਥੇ ਸ਼ਾਸਤਰ ਦੀ ਗੱਲ ਕਰਨੀ ਹੈ ਉੱਥੇ ਅਸੀਂ ਕਲਮ ਦੇ ਵੀ ਜ਼ਰੂਰ ਵਿਚਾਰ ਕਰਿਆ ਕਰੀਏ ਬਾਬੇ ਨਾਨਕ ਦੇ ਜਿਹੜੀ ਰਬਾਬ ਵਾਲਾ ਸਿਸਟਮ ਸੀ ਕਿ ਬਾਬੇ ਰਬਾਬ ਦੇ ਨਾਲ ਹੀ ਸਾਰਿਆਂ ਨੂੰ ਸਿੱਧਿਆ ਕਰ ਦਿੱਤਾ ਉਹਨੂੰ ਵੀ ਅਸੀਂ ਪਛਾੜ ਨਹੀਂ ਸਕਦੇ ਸਾਰੀਆਂ ਚੀਜ਼ਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਤੇ ਸ਼ਾਸਤਰ ਜਿਹੜਾ ਉਹ ਅਖੀਰਲਾ ਹਥਿਆਰ ਹੈ ਹਥਿਆਰ ਅਖੀਰਲਾ ਰਸਤਾ ਹੈ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਾਤ ਵਾ ਸਕਤਾ ਤੱਕ ਅੱਜ ਦੀ ਇਹ ਗੱਲ ਜਿਹੜੀ ਹੈ ਪਹੁੰਚ ਸਕੇ ਵੇਖਦੇ ਰਹੋ ਸਰਖਾਰ ਟੀਵੀ ਤਰਨਤਾਰਨ 大了吗？